देख रहे हो सांझ टीवी न्यूज पोर्टल। पिछले दिनी तलवंडी भाई च सिर च सिलेंडर मार के कतल करन दे मामले नूं लैके मृतक दे परिवारिक मैंबरां ने कतल दे आरोपियों खिलाफ कार्रवाई करन दी गुहार लगाई है। उन्हां दा कहना है कि सुखदीप सिंह दा कतल परमजीत कौर, सुरजीत सिंह, जगतार सिंह, लखबीर सिंह ते बॉबी ने मिल के कीता सी। उन्हां दोष लगाया कि इन्हां आरोपियों ने सुखदीप दे खाते चो 5 लाख रुपए धोखे नाल कढ़वा ले सन ते जदों इसकी जानकारी सुखदीप नूं मिली तां आरोपियों ने उसका कतल कर दिता। परिवारिक मैंबरां ने इस कतल की बारीकी नाल जांच करने की मांग की है ते इंसाफ की गुहार लगाई है। ਅਸੀਂ 5 ਭੈਣ ਭਰਾ ਸੀਗੇ। ਮੇਰਾ ਡੈਡੀ ਪ੍ਰਦੀਪ ਸਿੰਘ ਭਾਈ ਕੀ ਤਲਵੰਡੀ ਕਿਰਾਏ 'ਤੇ ਰਹਿੰਦਾ ਸੀ ਪਰਮਜੀਤ ਦੇ ਘਰੇ। ਉਹਨਾਂ ਦੀ ਡੈਥ ਤੋਂ ਬਾਅਦ, ਮੇਰੇ ਡੈਡੀ ਦੀ ਡੈਥ ਤੋਂ ਬਾਅਦ ਮੇਰੇ ਭਰਾ ਨੂੰ 5 ਲੱਖ ਰੁਪਈਆ ਸਰਕਾਰੀ ਨੌਕਰੀ ਮਿਲੀ ਸੀ। ਮੈਂ ਉੱਥੇ ਕੋਲ ਰਹਿੰਦੀ ਸੀ। ਮੇਰਾ ਵਿਆਹ ਵੀ ਮੇਰੇ ਡੈਡੀ ਨੇ ਸੋਨੂੰ ਨੇ ਕਰਿਆ ਵਾ। ਮੈਨੂੰ ਸਾਰੀ ਜਾਣਕਾਰੀ ਦਾ ਪਤਾ ਵਾ ਵੀ ਮੇਰੇ ਭਰਾ ਨੂੰ 5 ਲੱਖ ਰੁਪਈਆ ਮਿਲਿਆ। ਜਦੋਂ ਮੈਂ ਮੰਗ ਕਰਦੀ ਸੀ ਵੀ ਇਹਨਾਂ ਪੈਸਿਆਂ ਦੇ ਵਿੱਚੋਂ ਵੀ ਮੈਨੂੰ ਵੀ ਕੁਛ ਦਿੱਤਾ ਜਾਵੇ, ਮੈਂ ਗਰੀਬ ਘਰ ਵਿਆਹੀ ਹਾਂ। ਉਹ ਲੜਾਈ ਝਗੜਾ ਕਰਦੇ ਸੀਗੇ ਤੇ ਇਹਨਾਂ ਨੇ ਪੈਸਿਆਂ ਦੀ ਖਾਤਰ ਮੇਰੇ ਭਰਾ ਦੀ ਹੱਤਿਆ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਦੀ ਜਾਂਚ ਕੀਤੀ ਜਾਵੇ, ਕਿ ਇਹਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਇੱਥੇ ਆਮਦਾਲ 'ਚ ਰਹਿੰਦੇ, 5 ਭੈਣ ਭਰਾ ਆਏ ਅਤੇ ਅਸੀਂ 2 ਭੈਣ ਭਰਾ ਵੱਡੇ ਸੀਗੇ ਅਤੇ ਉਹ ਉੱਥੇ ਫਿਰ ਉੱਥੇ ਚਲਾ ਗਿਆ ਡੈਡੀ ਦੀ। ਉਹਨੂੰ ਮਿਲੀ ਸੀ ਨੌਕਰੀ, 5 ਲੱਖ ਰੁਪਈਆ ਮਿਲਿਆ ਸੀਗਾ ਕਹਿੰਦੇ ਹਾਂਜੀ। ਤੇ ਉਹ 5 ਲੱਖ ਰੁਪਏ ਪਿੱਛੇ ਉਹਨਾਂ ਨੇ ਮਾਰ ਦਿੱਤਾ। ਕਿੰਨੇ ਮਾਰਿਆ, ਕੌਣ ਮਾਰਨ ਵਾਲੀ, ਕੌਣ ਪਰਮਜੀਤ ਕੌਰ, ਜਗਤਾਰ ਸਿੰਘ, ਉਹਨਾਂ ਦੇ ਘਰੇ ਰਹਿੰਦਾ ਸੀਗਾ। ਉਹਨਾਂ ਨੇ ਪੈਸੇ ਪਿੱਛੇ ਮਾਰਿਆ ਸਾਡੇ ਭਰਾ ਨੂੰ। ਸਾਡੀ ਕੋਈ ਸੁਣਵਾਈ ਨਹੀਂ ਹੋਏਗੀ, ਅਸੀਂ ਗਰੀਬ ਬੰਦੇ ਹਾਂ। ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਿੰਘ ਮੇਰਾ ਨਾਂ ਜੀ। ਹਾਂਜੀ, ਸੁਖਦੀਪ ਸਿੰਘ ਉਰਫ ਸੋਨੀ ਮੇਰਾ ਭਰਾ ਸੀਗਾ, ਜੋ ਕਿ ਉਹ 14-15 ਸਾਲ ਤੋਂ ਅਸੀਂ ਇੱਥੇ ਇਕੱਠੇ ਰਹਿ ਰਹੇ ਸੀਗੇ। ਬਾਅਦ ਵਿੱਚ ਸਾਡੇ ਪਿਓ ਦੀ ਮੌਤ ਤੋਂ ਬਾਅਦ ਉਹਨੂੰ ਨੌਕਰੀ ਮਿਲ ਗਈ ਤਾਂ ਉਹ ਉੱਥੇ ਤਲਵੰਡੀ ਭਾਈ ਕੀ ਚਲਾ ਗਿਆ, ਤਾਂ ਉਹਨਾਂ ਨੂੰ 5 ਲੱਖ ਰੁਪਈਆ ਮਿਲਿਆ ਸੀਗਾ। ਪਰਮਜੀਤ ਕੌਰ, ਜਗਤਾਰ ਸਿੰਘ ਵਗੈਰਾ, ਉਹਨਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਮੇਰੇ ਭਰਾ ਦਾ ਕਤਲ ਕੀਤਾ ਗਿਆ ਹੈ। ਅਤੇ ਜਦੋਂ ਅਸੀਂ ਥਾਣੇ ਤਲਵੰਡੀ ਭਾਈ ਕੀ ਪਹੁੰਚੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਥਾਣੇਦਾਰ ਨੇ ਉਲਟਾ ਐਫ ਆਰ ਦੇ ਕੇ ਟਾਲਤਾ, ਮੇਰਾ ਨੰਬਰ ਅਤੇ ਮੇਰਾ ਨਾਮ ਲਿਖ ਲਿਆ। ਤਾਂ ਅਸੀਂ ਮੰਗ ਇਹ ਸਰਕਾਰ ਅੱਗੇ ਕਰਦੇ ਹਾਂ ਕਿ ਸਾਡੇ ਭਰਾ ਨੂੰ ਇਨਸਾਫ ਦਵਾਇਆ ਜਾਵੇ ਤਾਂ ਸਾਰੇ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਠੀਕ, ਉਹਦੇ ਜਿਹੜਾ ਖਬਰ ਵੀ ਇੱਕ ਲੱਗੀ ਕੋਈ ਨਜਾਇਜ਼ ਸੰਬੰਧਾਂ ਬਾਰੇ, ਇਹ ਝੂਠੀ ਖਬਰ ਲੋਈ? ਇਹਨਾਂ ਨੇ ਸਾਰਿਆਂ ਨੇ ਸਾਜ਼ਿਸ਼ ਤਹਿਤ ਰਲ ਮਿਲ ਕੇ ਸਾਰੀ ਕਹਾਣੀ ਆਪ ਵਿੱਚ ਹਮਅਸ਼ਰਾ ਹੋ ਕੇ ਬਣਵਾਈ ਹੈ ਅਤੇ ਇਹਨਾਂ 'ਤੇ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇ, ਜੋ ਕਿ ਸੱਚਾਈ ਸਾਹਮਣੇ ਆਵੇ ਅਤੇ ਮੇਰੇ ਭਰਾ ਨੂੰ, ਦੋਸ਼ੀ ਨੂੰ ਵੀ ਇਨਸਾਫ ਮਿਲ ਸਕੇ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। FIR ਨੰਬਰ 16 ਮਿਤੀ 15 ਜੁਲਾਈ 2018 ਨੂੰ ਦਰਜ ਹੋਈ ਸੀ, ਜਿਸ ਦੇ ਵਿੱਚ ਮ੍ਰਿਤਕ ਸੁਖਦੀਪ ਸਿੰਘ ਪੁੱਤਰ ਪ੍ਰਦੀਪ ਸਿੰਘ, ਕੌਮ ਮਹਿਰਾ ਵਾਸੀ, ਵਾਰਡ ਨੰਬਰ 7 ਨੇੜੇ ਸ਼ਮਸ਼ਾਨ ਘਾਟ, ਜਿਹੜਾ ਇਹਦੀ ਡੈਥ ਹੋਣੀ ਪਾਈ ਗਈ ਸੀ। ਪਰਮਜੀਤ ਕੌਰ ਨੇ ਬਿਆਨ ਲਿਖਾਇਆ ਸੀ ਜਿਹਦੇ ਵਿੱਚ ਦੱਸਿਆ ਗਿਆ ਵੀ ਲਖਵੀਰ ਸਿੰਘ ਉਰਫ ਸੋਨੀ ਪੁੱਤਰ ਮਹਿੰਦਰ ਸਿੰਘ ਅਤੇ ਉਹਦੇ ਨਾਲ ਉਹਦਾ ਲੜਕਾ ਬੌਬੀ ਔਰ ਉਹਦੀ ਘਰ ਵਾਲੀ ਕਰਮਜੀਤ ਕੌਰ, ਉਹਨਾਂ ਦੇ ਘਰ ਲੜਾਈ ਕਰਨ ਆਏ ਸੀਗੇ, ਜਿਹਦੇ ਵਿੱਚ ਉਹਨਾਂ ਦੇ ਹੱਥੋਂ ਜਿਹੜਾ ਹੈਗਾ ਸਿਲੰਡਰ ਮੁੰਡੇ ਸਿਰ 'ਤੇ ਵੱਜਿਆ ਅਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ। ਇਸ ਵਿੱਚ ਅਸੀਂ ਮੁੱਖ ਦੋਸ਼ੀ ਜਿਹੜਾ ਲਖਵੀਰ ਸਿੰਘ ਉਰਫ ਸੋਨੀ ਹੈ, ਉਹਨੂੰ ਅਸੀਂ ਨਾਲ ਦੇ ਨਾਲ ਅਸੀਂ ਗ੍ਰਿਫਤਾਰ ਕਰ ਲਿਆ ਸੀ ਇੱਕ ਅੱਧੇ ਦਿਨ ਦੇ ਵਿੱਚ ਹੀ। ਔਰ ਬਾਕੀ ਜਿਹੜੇ 2 ਹੈਗੇ ਦੋਸ਼ੀ ਕਰਮਜੀਤ ਕੌਰ ਅਤੇ ਬੌਬੀ, ਉਹ ਅਜੇ ਫਰਾਰ ਨੇ, ਜਿਨ੍ਹਾਂ ਨੂੰ ਪੁਲਿਸ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਟੀਮਾਂ ਬਣਾ ਕੇ ਉਹਨਾਂ ਦੇ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।